ਕਿਸਾਨ ਵੀਰੋ, ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨਾਗ ਦਿਖਾਵਾਂਗੇ 6 ਬੱਚੀਆਂ ਖੜੀਆਂ, 5 ਬੱਚੀਆਂ, 2 ਚੱਕ ਪਾਸ ਆ ਅਤੇ ਬਾਕੀ 3 ਛੋਟੀਆਂ ਪਾਲਕ ਬੱਚੀਆਂ ਅਤੇ ਬਾਕੀ ਬਹਿੜਾ ਖੜੀਆਂ। ਇਹਨਾਂ ਵਿੱਚ ਤੋਕੜ ਗੱਭਣ ਵੀ ਬਹਿੜਾ, ਕੋਈ 20 ਦਿਨ ਦੀ ਕੱਚੀ, ਘਰ ਦੇ ਪਸ਼ੂਆ ਬਾਈਆਂ ਦੇ A to Z ਤੋਂ ਲੈ ਕੇ ਜਾਵਾਂ, ਸਾਰੇ ਦੇ ਸਾਰੇ ਨਗ ਸੇਜ ਆ। ਡਿਟੇਲ ਆਪਾਂ ਇਕੱਲੇ ਇਕੱਲੇ ਬਾਰੇ ਲੈ ਕੇ ਦੇਵਾਂਗੇ ਵੀਰ ਤੋਂ। ਆਓਗੇ ਕਰੀਏ ਗੱਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਹਤਨਾਮ ਸਿੰਘ। ਪਿੰਡ ਆ ਗਿਆ ਆਪਣਾ ਮੱਝੂ ਗਿਆ, ਹੈ ਨਾ? ਮੱਝੂ ਗਿਆ ਰੋਡ ਪਧੌੜ। ਸੋ ਜ਼ਿਲ੍ਹਾ ਬਰਨਾਲਾ ਪੈ ਗਿਆ, ਜ਼ਿਲ੍ਹਾ ਬਰਨਾਲਾ। ਸੋ ਵੀਰੋ, ਮੱਝੂ ਕੇ ਪਿੰਡ ਤੋਂ ਵੀਡੀਓ ਕਵਰ ਕਰਦਾ ਮੈਂ, ਪਧੌੜ ਤੋਂ ਮੱਝੂ ਕੇ ਰੋਡ 'ਤੇ ਬਣਿਆ ਜਿਹੜਾ ਹੈ ਸਾ ਮੇਰੇ ਪਿੰਡ ਨੇੜੇ ਆ ਗਿਆ, ਦੀਪਗੜ੍ਹ ਰਾਮਗੜ੍ਹ ਇੱਦਾਂ ਦੇ ਪਿੰਡ ਨਾਲ ਆ ਗਏ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਬੋਲਿਓ ਜੀ ਆਪਣਾ। 98 156 ਜੀ। 98 156 70 70 129 70 129। ਨੰਬਰ ਦੁਬਾਰੇ ਬੋਲਿਓ। 98 156 98 156 70 129 70 129। ਤੇ ਅੱਜ ਆਪਣੇ ਸਾਰੇ ਪਸ਼ੂ ਸੇਲ ਆ, ਹੈ ਨਾ? ਸਾਰੇ ਪਸ਼ੂ ਸੇਲ ਨੇ। ਠੀਕ ਹੈ, ਪਰਿਵਾਰ ਆਪਣਾ ਚੱਲਿਆ ਬਾਹਰ ਕਰਕੇ, ਹੈ ਨਾ? ਬਾਹਰ ਕਰਕੇ। ਠੀਕ ਹੈ, ਆਪਾਂ ਦੇਖੀਏ ਨਾ ਬੱਚੀਆਂ ਖੜੀਆਂ ਹੈਗੀਆਂ ਜੀ 5। ਇਹ ਦੰਦੋ ਕਿਵੇਂ ਆ ਬੱਚੀਆਂ? ਖੀਰੀਆਂ ਹਰੀਆਂ। ਸਾਰੀਆਂ ਖੀਰੀਆਂ ਤੇ ਇਹ ਜਿਹੜੀਆਂ ਬਹਿੜਾ ਖੜੀਆਂ, ਇਹਨਾਂ ਦੀ ਬੱਚੀਆਂ ਜੀ ਇਹ? ਇਹਨਾਂ ਦੀ ਨਹੀਂ। ਠੀਕ ਹੈ, ਇੱਕ ਦੀ ਬਹਿੜਾ, ਇਹਨਾਂ ਚੋਂ ਕੋਈ ਵਿਕ ਵੁਕ ਵੀ ਗਈ ਹੋਊ ਇਹਨਾਂ ਦੀ ਮਾਂ, ਹੈ ਨਾ? ਵੇਚੀਆਂ 1-2 ਵੇਚੀਆਂ। ਠੀਕ ਹੈ, ਇਹਨਾਂ ਵਿੱਚੋਂ ਗੱਭਣਾ ਕਿਆ ਹੈ ਜੀ? 2 ਗੱਭਣਾ ਜੀ। ਚੈੱਕ ਪਾਸ ਆ ਜਾਵਾਂ? 2 ਚੈੱਕ ਚਾਉਂਦੀਆਂ ਤੇ ਬਾਕੀ ਸਾਰੀਆਂ ਪਿਓਰ HF ਦੀਆਂ ਤੇ ਦੰਦੋ ਕੀ ਜੀ 10 ਬੱਚੀ ਦੇਖੀ ਨੇ ਚੈੱਕ ਪਾਸ ਚਾਉਂਦੀਆਂ 2 ਮਹੀਨਿਆਂ ਦੀ। ਜਿਵੇਂ ਆਹ ਦੇਖੀਏ ਨੇ 5 ਬੱਚੀਆਂ ਖੜੀਆਂ ਪੂਰੀਆਂ ਵੱਡੀਆਂ ਤੇ ਦੂਜਿਆਂ ਸੀਮਰ ਦੇ ਲੱਗਿਆ ਹਲੇ ਨਹੀਂ, ਮੈਨੂੰ ਲੱਗਿਆ ਗਾ ਤਿਆਰ ਹੀ ਨਹੀਂ। 2 ਦੇ ਲੱਗਿਆ ਵਾ ਸੀਮਣ, ਉਹ ਚੈੱਕ ਚਾਉਂਦੀਆਂ। 2 ਚੈੱਕ ਚਾਉਂਦੀਆਂ, 2 ਦੇ ਤਿਆਰ ਹੀ ਨਹੀਂ ਮਿਲਦੇ। ਤੇ ਰੇਟ ਵਗੈਰਾ ਇਹਨਾਂ ਦੇ ਕੀ ਹੋਣਗੇ? ਇਹਨਾਂ ਦਾ ਹਰੇ 30-30 ਹਜ਼ਾਰ ਦੀਆਂ ਦੇ ਦਾਂਗੇ। 30-30 ਹਜ਼ਾਰ ਦੀ ਐਵਰੇਜ? ਤੇ ਜੇ ਕੋਈ ਖਰੇ 5 ਇਕੱਠੀਆਂ ਲੈਂਦਾ 30 ਹਜ਼ਾਰ ਦੀ ਐਵਰੇਜ ਦਾ ਬੱਚੇ ਦੇ ਦਾਂਗੇ ਆਪਾਂ? ਦੇ ਦਾਂਗੇ ਆਪਾਂ ਇਕੱਠੀਆਂ। ਜੇ ਕੋਈ ਮੰਨ ਕੇ ਚਲੋ ਸਾਰੀਆਂ ਇਕੱਠੀਆਂ ਲੈਂਦਾ 30 ਹਜ਼ਾਰ ਦੀ ਐਵਰੇਜ, ਜੇ ਮੰਨ ਕੇ ਚਲੋ ਗੱਭਣਾ ਚੈੱਕ ਕਰਕੇ ਲਹਿਦਾ ਲੈਂਦਾ ਉਹਨਾਂ ਰੇਟ ਫਿਰ ਵੱਖਰਾ ਹੋਊਗਾ, ਉਹ ਫਿਰ 30 ਤੋਂ ਪਾਰ ਜਾ ਉੜੂਗਾ ਰੇਟ, ਵੱਧ ਜਾਏਗਾ। ਠੀਕ ਹੈ, ਜਿਵੇਂ ਆਪਾਂ ਪਹਿਲੇ ਨੰਬਰ ਤੇ ਬੈਠ ਦੇਖੀ ਜਾਂਦੇ, ਕਿਹੜਾ ਸੂਆ ਸੂਈ ਵੀ ਹੈ ਜੀ? ਇਹ ਦੂਜਾ ਸੂਆ ਹੋਈ ਹੈ, ਤੀਜਾ ਹੁਣ ਤਿਆਰ ਹੈ। ਦੂਜਾ ਸੂਆ ਸੂਈ ਹੋਈ ਆ, ਤੀਜਾ ਸੂਨ ਨੂੰ ਤਿਆਰ ਬਣੇ, ਉੱਥੇ ਹੋ ਜਾ ਮੂਰੇ। ਤੇ ਕਿ ਮਹੀਨੇ ਦੀ ਗੱਭਣਾ ਜੀ ਇਹ? 7 ਮਹੀਨੇ ਦੀ ਗੱਭਣਾ ਲੱਗ ਗਿਆ। ਦੁੱਧ ਮਾਣਾ ਮੋਟਾ ਹੈ ਥੱਲੇ? ਦੁੱਧ 10 ਕਿਲੋ। ਮੰਨ ਕੇ ਚਲੋ ਵਧੀਆ ਥਾਣ ਪਾਸ ਕਰਾ ਦੇਣੇ ਆ, 7 ਮਹੀਨੇ ਗੱਭਣ ਚੱਕ ਕਨਫਰਮ ਆ। ਇਹਦਾ ਰੇਟ ਕੀ ਹੋਊਗਾ ਜੀ? ਇਹਦਾ ਰੇਟ 65 ਹਜ਼ਾਰ। ਚਾਰੇ ਥਾਣ ਓਕੇ ਆ ਜੀ? ਤੇ ਜਿਹੜੀ ਨਾਲ ਖੜੀ ਆ ਵੱਡੀ ਬਹਿੜ ਆਪਾਂ ਦੇਖੀ ਜਾਂਦੇ ਜੀ, ਇਹ ਵੀ 7 ਮਹੀਨੇ ਦੀ 8ਵਾਂ ਲੱਗ ਗਿਆ ਨੂੰ। 7 ਮਹੀਨੇ ਗੱਭਣ ਦਾ ਦੁੱਧ ਕਿੰਨਾ ਹੋਣਾ ਜੀ? ਇਹ ਥੱਲੇ ਹੋਏਗਾ 12-13 ਲੀਟਰ। ਹੁਣ ਭਾਅ ਕੀ ਇਹਦਾ ਜੀ? ਹੈਂ? ਇਹਦਾ 60 ਹਜ਼ਾਰ। ਇਹਦਾ 60 ਹਜ਼ਾਰ ਰੁਪਇਆ ਦੁੱਧ 12 ਲੀਟਰ ਹਾਜ਼ਰ ਆ। 7 ਮਹੀਨੇ ਚੈੱਕ ਕਨਫਰਮ ਆ ਜਾਵਾਂ? ਠੀਕ ਹੈ। ਤੇ ਜਿਹੜੇ ਤੀਜੇ ਨੰਬਰ ਤੇ ਬਹਿੜ ਦੇਖੀ ਜਾਂਦੇ ਜੀ, ਅੱਗੇ 4 ਨੰਬਰ ਤੇ ਕ੍ਰੋਸ ਬੈਡ ਦੇਖੀ ਜਾਂਦੇ ਜੀ, 6 ਮਹੀਨੇ ਦੀ ਗੱਭਣ ਚੈੱਕ ਕੇ 7 ਕਿਲੋ ਦੁੱਧ। ਇਹਦਾ ਭਾਅ ਕੀ ਹੈ ਜੀ? ਇਹਦਾ 60 ਹਜ਼ਾਰ। 6 ਮਹੀਨੇ ਦੀ ਗੱਭਣ ਦੁੱਧ 6-7 ਕਿਲੋ। ਠੀਕ ਹੈ।
ਤੇ ਅੱਗੇ ਆ ਗਈ ਪੰਜਵੇਂ ਨੰਬਰ ਤੇ ਬੈਠ ਜੀ। ਇਹਦੇ 20 ਦਿਨ ਰਹਿੰਦੇ ਨੇ। 20 ਦਿਨ ਸੂਣ ਚ ਬਾਕੀ, ਕਹਿ ਮਾ ਸੁਆ ਸੁਣਦੀ ਆ, ਇਹ ਤੀਜਾ ਹੋਵੇਗੀ, ਤੀਜਾ ਸੁਆ ਸੂਗੀ 20 ਦਿਨ ਸੂਣ ਚ ਬਾਕੀ। ਤਾਜੀ ਨੇ ਦੁੱਧ ਕਿੰਨਾ ਕੁ ਦਿੱਤਾ ਇਹਨੇ ਜੀ? ਇਹ ਦੁੱਧ 30 ਕਿਲੋ ਪਾਇਆ ਬੇਟਾ, 30 ਕਿਲੋ ਪਲੂਨ ਨੇ। ਇਹਦਾ ਮੁੱਲ ਕੀ ਕਰਦੇ ਜੀ ਹੁਣ? ਇਹਦਾ ਮੁੱਲ 85,000 ਕਰਦੇ, 85,000 ਰੁਪਇਆ 20 ਦਿਨ ਸੂਣ ਚ ਬਾਕੀ ਆ, ਤੇ ਦੁੱਧ 30 ਕਿਲੋ ਇਹਦਾ ਦੂਜੇ ਸੂਏ ਪਾਇਆ ਹੋਇਆ। ਅੱਗੇ ਆ ਗਈਆਂ 3 ਬੱਚੀਆਂ ਹਨਾ ਜੀ, ਫਿਰ ਬੜੇ ਹੱਕ ਇਹਨੂੰ ਤੇ ਹੱਕ ਦੇ ਮਾੜਾ ਜਿਹਾ ਸੋ ਫਿਰ ਅੱਗੇ ਆਪਾਂ ਦਿਖਾਉਂਦੇ 3 ਬੱਚੀਆਂ। ਜਿਹੜੀ ਆਹ ਬੱਚੀ ਦੇਖੇ ਨੇ ਕਾਲੀ, ਇਹਦੀ ਉਮਰ ਕਿੰਨੀ ਕੁ ਹੋਊ ਜੀ? ਇਹ 10 ਮਹੀਨੇ ਦੀ, ਦੋਵੇਂ 10-10 ਮਹੀਨੇ ਦੀ, ਇੱਕ ਥੋੜੀ ਨਾਲ ਕ੍ਰੋਸ ਚ ਆ ਗਈ ਹਨਾ, ਇਹ ਉਹ ਚਿੱਤਰੀ ਬੈਠਦੀ ਹੋਣੀ ਆ, ਠੀਕ ਆ। ਅੱਗੇ ਨਾਲ ਉਹ ਛੋਟਾ ਬੱਚਾ ਆ ਗਿਆ ਚਫ ਦਾ ਪਿਓਰ, ਇਹਦੀ ਉਮਰ ਹੈਗੀ ਆ ਮੇਰੇ ਨਾਲ ਆਪਾਂ ਉਹ ਬੈਠਦੀ 3-4 ਮਹੀਨੇ ਹਨਾ, 3 ਮਹੀਨੇ। ਇਹਨਾਂ ਤਿੰਨਾਂ ਦਾ ਭਾਅ ਕੀ ਹੈ ਜੀ? 15,000 ਦੇ ਦੇਣਾ, ਤਿੰਨੇ ਆਪਾਂ ਦੇ ਦਾਂਗੇ 15,000 ਰੁਪਏ ਦੇ ਬੱਚਿਆਂ, ਠੀਕ ਆ। ਨੰਬਰ ਬੋਲੋ ਜੀ ਦੁਬਾਰੇ ਆਪਣਾ। 98-156-70-129 ਸੋ ਵੀਰੋ ਮੱਝੂਗੇ ਪਿੰਡ ਜ਼ਿਲ੍ਹਾ ਬਰਨਾਲਾ ਪਧੌੜ ਦੇ ਨਜ਼ਦੀਕ ਪੈ ਜਾਂਦਾ, ਸਾਰੇ ਦੇ ਸਾਰਾ ਮਾਲ ਬਣ ਜਾਂਦਾ ਪਕਾਊਗਾ। ਇਹ ਜਿਹੜੇ ਮੁੱਲ ਕੀਤੇ ਗਏ, ਡਿਮਾਂਡ ਕੀਤੀ ਗਈ, ਜਦੋਂ ਕੋਲ ਆਉਂਗੇ ਦੇਖ ਕੇ ਤਸੱਲੀ ਕਰਕੇ ਡਾਕਟਰ ਆਪਦਾ ਨਾਲ ਲੈ ਕੇ, ਕਿਉਂਕਿ ਗੱਭਣਾ ਗਿਆ ਚੈੱਕ ਆ ਬਾਅਦ ਚੋਂ ਲਾਂਭਾ, ਕੋਈ ਨਾ ਮੈਨੂੰ ਦਿਓ ਨਾ ਬਾਈ ਨੂੰ ਦਿਓ, ਅਤੇ ਬਾਕੀ ਹੈਗਾ ਗੱਭਣਾ ਚੈੱਕ ਬਾਅਦ ਬੱਚਿਆਂ 30,000 ਦੇ ਭਾਅ ਨੂੰ ਮਿਲਣੀ ਹੈ। ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ